दोस्तों आज तुम्हें विखाने जनाब जंग लाने का तरीका बच्चे का फन वेख रहे हो तुम मोटरसाइकिल पिंगड़ा ना जंग उतार लिया मुकम्मल जो वीडियो इंशाल्लाह सेंड करने मुंडे का जंग लाने का तरीका देखो बाद जगह को पूछने कि केड़ी केड़ी चीज़ जरा ने इस्तेमाल की थी साथ नाल जंग लाया मटीरियल का कीना आया है मटीरियल का कीना आया है अच्छा जनाब रेत नु भी केमिकल कह रहा है बच्चा इनु कोला अगर जरा मारे आहो ए नहीं रेत मारन दो अच्छा अबे रे तुसी जनाब बच्चे दे काम हमने आके इंज चमका देंगे जिस तरह 0 मीटर है खड़ी भाई अल्लाह ये शाबाश पिछे ना फिर अगे फिर सुटाया किना इरा ना ना गिया ना गिया है अली हसन साहब जनाब अली हसन साहब का तजर्बा वेखो तुम जंग उतार छड़ गए जनाब गड्डी
ਇਹਨਾਂ ਕੋਲ ਇੰਟਰੋਡਕਸ਼ਨ ਕਰਨੇ ਆ, ਬਾਅਦ 'ਚ ਜ਼ਰਾ ਕੰਮ ਤੋਂ ਫਾਰਗ ਹੋ ਲੈਣ, ਬਾਅਦ 'ਚ ਇਹਨਾਂ ਕੋਲ ਪੁੱਛਣਾ ਕਿੰਨੀ ਦੇਰ ਦਾ ਤਜਰਬਾ ਇਹਨਾਂ ਦਾ ਇਸ ਕੰਮ ਦਾ। ਇਹਨਾਂ ਕਿਹਾ ਗੱਡੀ ਇਸ ਤਰ੍ਹਾਂ ਚਮਕਾਵਾਂਗੇ ਜਿਸ ਤਰ੍ਹਾਂ ਜ਼ੀਰੋ ਮੀਟਰ ਆਈ ਜੀ। ਵੇਖ ਲਾ ਜਿੱਥੇ ਜਿੱਥੇ ਹੈ ਲਾਉਣਾ ਜੀ, ਆਪੇ ਆਉਂਦਾ ਮੈਂ ਲਾ ਦੇਣਾ ਸਾਰੀ ਗੱਡੀ ਦਾ ਸੰਗ ਜਿੱਥੇ ਜਿੱਥੇ ਹੈ ਲਾ। ਇਹ ਚੱਕੇ ਦੇ ਵੇਖ ਕਿੰਨਾ ਫਰਕ ਚੱਲ ਪਿਆ ਹਿਸਾਬ ਡੁੱਲਾ ਦਾ ਵੇ ਲੈ ਲਾ ਸਰ। ਆਹੋ ਕਿਹੜਾ ਮੁੰਡੇ ਦੀ ਤਕਨੀਕ ਦੱਸਣੀ ਆ ਬਾਹਰ ਯਾਰ ਬੰਦਿਆਂ ਨੂੰ, ਜ਼ੰਗ ਲਾਉਣ ਦਾ ਤਰੀਕਾ ਬੰਦੇ ਬੇਸਾਬ ਨੇ। ਲੱਥਾਂ ਨਹੀਂ ਉਹ ਜ਼ੰਗ ਹੈ, ਪਾਣੀ ਮਾਰ ਕੇ ਭਾਵੇਂ ਵੇਖ ਲਾ। ਆਹੋ ਜ਼ੰਗ ਲਾਏਗਾ ਤਾਂ ਦਿਆਂਗਾ ਜਿਹੜੀ ਗੱਲ ਕੀਤੀ।
ਹੁਣ ਮੈਨੂੰ ਕੀ ਪਤਾ ਆਪੇ ਧੋਣਾ ਮੈਂ ਸਾਰਾ ਲਾ ਦਿਆਂਗਾ ਉਹਨਾਂ ਕਹਿੰਦਾ ਮੈਂ ਆਪ ਹੀ ਘਰ ਲਾ ਲੈਣਾ ਹੈ ਜੇ ਮੈਂ ਲਾ ਲਾ ਮੇਰੇ ਕੋਲ ਕੱਲੀ ਗੱਡੀ ਆ ਉਹ ਪੰਪ ਦੇ ਸਾਹਮਣੇ ਦੁਕਾਨ ਮੇਰੀ ਸਹੀ ਆ ਜਿਹਦਾ ਨਾਲ ਇੱਥੇ ਦਾ ਜਨਾਬ ਵਾਲੀ ਹਸਨ ਸਾਹਿਬ ਨੇ ਪਿੰਡ ਕਿਹੜਾ ਬੱਚਾ ਚੱਕ ਮੀਰ ਆਪਣਾ ਪਿੰਡ ਹੈ ਜਨਾਬ ਉਹਨਾਂ ਦਾ ਅਤੇ ਜਨਾਬ ਤੁਸੀਂ ਵੇਖਿਆ ਵਾਲੀ ਹਸਨ ਸਾਹਿਬ ਨੇ ਗੱਡੀ ਦਾ ਜ਼ੰਗ ਲਖੜਿਆ ਵੇ ਮਜ਼ੀਦ ਜੇ ਪਾਣੀ ਪਈਦਾ ਅਤੇ ਤੁਹਾਨੂੰ ਜਿਹੜਾ ਨਾ ਗੱਡੀ ਦੀ ਸ਼ਾਨਿੰਗ ਦੱਸਣੇ ਆ ਕਿ ਵਾਲੀ ਹਸਨ ਸਾਹਿਬ ਦੀ ਉਮਰ ਵੇਖੋ ਅਤੇ ਇਹਨਾਂ ਦੇ ਕਰਤੱਵ ਵੇਖੋ ਜਨਾਬ ਹੱਥ ਵਿੱਚ ਕਿੰਨਾ ਫਨ ਹੈ ਕਿੰਨੀ ਦੇਰ ਹੋ ਗਿਆ ਪੁੱਤਰਾ ਕੰਮ ਕਰਦਿਆਂ ਤੁਹਾਨੂੰ 3 ਸਾਲ ਹੋ ਗਏ ਜੀ ਬੱਚੇ ਨੂੰ ਕੰਮ ਕਰਦਿਆਂ ਸਕੂਲ ਕਿੰਨੀ ਆ ਪੜਿਆ ਤਿੰਨ ਯਾਨੀ ਤੀਸਰੀ ਕਲਾਸ ਦੇ ਵਿੱਚ ਵਾਲੀ ਹਸਨ ਸਾਹਿਬ ਨੇ ਕੰਮ ਛੱਡਿਆ ਸੀ ਅਤੇ ਜਨਾਬ ਆਪਣਾ ਪੜ੍ਹਾਈ ਛੱਡੀ ਸੀ ਅਤੇ ਕੰਮ ਵਾਲੇ ਪਾਸੇ ਜਿਹੜਾ ਜੁਆਇਨ ਕੀਤਾ ਸੀ ਜਿਹੜਾ ਅੱਗੋਂ 3 ਸਾਲ ਦਾ ਜਿਹੜਾ ਨੇ ਇਹਨਾਂ ਦਾ ਤਜਰਬਾ ਉਮਰ ਕਿੰਨੀ ਹੋ ਗਈ ਆ 12 ਸਾਲ ਜ਼ਿੰਦਾਬਾਦ ਬਾਈ ਵੇਖੋ ਛੋਟੀ ਜਿਹੀ ਉਮਰ ਦੇ ਵਿੱਚ ਯਾਰ ਮੁੰਡੇ ਦੇ ਹੱਥ ਵਿੱਚ ਫਨ ਅਤੇ ਤੁਸੀਂ ਇਹਦਾ ਫਨ ਵੇਖ ਕੇ ਤਾਂ ਪਰੇਸ਼ਾਨ ਹੋ ਜਾਓਗੇ ਕਿ ਮਾਸ਼ਾਅੱਲਾ ਗੱਡੀ ਇਸ ਤਰ੍ਹਾਂ ਦੀ ਘਰ ਛੱਡੀ ਜਾਣ ਮੁੰਡੇ ਨੇ ਕਿ ਸ਼ੋਅਰੂਮ ਵਾਲੇ ਵੀ ਪਰੇਸ਼ਾਨ ਹੋ ਜਾਣਗੇ ਗੱਡੀ ਜਨਾਬ ਮੇਰੀ ਨਿਸ਼ਕਾ ਸ਼ਹੀ ਹੈ ਬੱਚੇ ਦਾ ਫੁੱਲ ਬੜਾ ਫੁੱਲ ਹੱਥ ਵਿੱਚ ਇੰਨੀ ਕੁ ਸਫਾਈ ਹੈ ਬੱਚੇ ਦਾ ਸਾਨੂੰ ਬਾਕੀ ਮਜ਼ੀਦ ਤੁਹਾਨੂੰ ਕਹਿੰਦੇ ਇਨ ਸ਼ਾਅੱਲਾ ਪਾਣੀ ਵੱਜਦਾ ਤੁਸੀਂ ਵੇਖੋਗੇ ਮੁਕੰਮਲ ਇਹਦੀ ਵਾਸ਼ਿੰਗ ਦਾ ਸਿਸਟਮ ਜ਼ੰਗ ਲਾਉਣ ਦਾ ਤੁਸੀਂ ਵੇਖ ਚੁੱਕੇ ਹੋ ਹੁਣ ਇਹ ਵਾਸ਼ ਕਰ ਰਹੇ ਨੇ ਜਨਾਬ ਹੋਰੀ ਸਰਫ ਲਾ ਰਹੇ ਨੇ ਸਾਬਣ ਸ਼ੈਂਪੂ ਅਤੇ ਉਸ ਤੋਂ ਬਾਅਦ ਜਿਹੜਾ ਨੇ ਨਾ ਪਾਣੀ ਮਾਰਨਾ ਮੈਂ
ਫਿਰ ਗੱਡੀ ਦੀ ਸ਼ਾਇਨਿੰਗ ਤੁਹਾਨੂੰ ਬਣਾਉਂਦੇ ਹਾਂ ਅਤੇ ਜਨਾਬ ਗੱਡੀ ਜਿਹੜੇ ਵੇਖੋ ਕਿੰਨੇ ਫਾਸਟ ਕੰਮ ਕਰ ਰਹੇ ਜਨਾਬ, ਇੰਨੀ ਸਪੀਡ ਹੈ ਇਹਨਾਂ ਦੀ, 3 ਸਾਲ ਦਾ ਤਜਰਬਾ ਅਤੇ ਮਾਸ਼ਾਅੱਲਾ ਬਹੁਤ ਫਨਕਾਰੀ ਹੈ ਰਾਣਾ ਸਾਹਿਬ। ਇਹ ਵੀ ਜ਼ੰਗ ਹੈ, ਇਹ ਵੀ ਲਾਉਣਾ ਕਿਉਂ ਨਾ ਯਾਰ? ਹੁਣ ਇਸ ਤਰ੍ਹਾਂ ਤੇ ਹਾਲੀ ਆ ਸਰਕਾਰੀ ਯਾਰ ਹੈ ਕੈਮੀਕਲ ਮਾਰੇਗਾ ਥੋੜ੍ਹਾ ਜਿਹਾ ਤਾਂ ਰੇਤ ਮਾਰੇਗਾ ਲੈ ਜਾਣਾ ਐ ਨਹੀਂ ਮਿਹਨਤ। ਉਹ ਵੇਖ ਜਾਵਾਂਗੇ ਕਿੱਡਾ ਸੋਹਣਾ ਅੱਗੂ ਵੇ ਅਸੀਂ ਪੁੱਤਰਾ ਤੇਰੇ ਕੋਲ ਹੀ ਆਉਣਾ, ਕਿਤੇ ਨਹੀਂ ਜਾਣਾ, ਹੋਰ ਵੀ ਗਾਹਕ ਲੈ ਕੇ ਆਉਣੇ ਨੇ ਤੇਰੇ ਕੋਲ ਜੇ ਕੰਮ ਸੋਹਣਾ ਕਰੇਗਾ। ਵੇਖ ਰਹੇ ਜਨਾਬ ਵਾਲੀ ਆ ਸੰਸਾਰ ਦਾ ਫਨ, ਜਿੱਥੋਂ ਨਹੀਂ ਵੀ ਲੈਂਦਾ ਉੱਥੋਂ ਵੀ ਲਾਸ਼ਣ ਲੱਗਾ ਅੱਜ ਗੁੱਸੇ ਜਿਹਾ ਫੁੱਲ। ਚੱਲ ਜਿੰਨਾ ਲੱਥ ਗਿਆ ਬੜਾ ਨਹੀਂ ਅੱਜ ਵਾਸ, ਫਿਰ ਆਵਾਂਗੇ ਕਿਸੇ ਦਿਨ, ਬਾਕੀ ਫਿਰ ਲਾ ਲਾਂਗੇ ਸਹੀ ਆ ਨਾ। ਵੇਖ ਰਹੇ ਹੋ ਫੁਲਕਾਰੀ ਜਨਾਬ ਤੁਸੀਂ ਬੱਚੇ ਦੀ, ਬਹੁਤ ਫਾਸਟ ਜਿਹੜਾ ਨੇ ਇਹਨਾਂ ਦਾ ਹੱਥ ਚੱਲ ਰਿਹਾ ਮਾਸ਼ਾਅੱਲਾ। 3 ਸਾਲ ਹੋ ਗਿਆ ਕਿ ਮੈਨੂੰ ਇਸੇ ਕੰਮ ਦੇ ਵਿੱਚ ਬੜੇ ਦਾ, ਹੱਥ ਦੀ ਸਪੀਡ ਹੈ ਵੀ ਕੰਮ ਦੇ ਵਿੱਚ ਵੀ ਮਾਸ਼ਾਅੱਲਾ, ਸਫਾਈ ਹੈ ਫ੍ਰੀ ਹੁੰਦੇ ਨੇ ਫਿਰ ਇਹਨਾਂ ਕੋਲ ਇੰਟਰੋਡਕਸ਼ਨ ਬਾਕੀ ਕਰ ਰਹੇ ਹਾਂ। ਉਮਰ ਤੁਸੀਂ ਸੁਣ ਚੁੱਕੇ 12 ਸਾਲ ਸਿਰਫ ਉਮਰ ਹੈ ਬੱਚੇ ਦੀ, ਫਨ ਵੇਖੋ ਉਸ ਬੱਚੇ ਦਾ।
ਹੁਣ ਕੰਮ ਵਧਾਈ ਜਾਂਦਾ ਵਾ ਭਾਰੋ ਭਾਰ ਨੂੰ। ਆਪਾਂ ਫਿਰ ਕਿਸੇ ਦਿਨ ਮਾਰਾਂਗੇ ਆਵਾਂਗੇ ਤਾਂ ਅੱਜ ਇੰਨਾ ਹੀ ਬੜਾ। ਬਸ